ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 2 ਮਾਰਚ ਦਿਨ ਸ਼ੁੱਕਰਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਦੇ ਨਾਲ ਅੰਤਰਰਾਸ਼ਟਰੀ ਖਬਰਾਂ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਰੋਜ਼ਾਨਾ ਆਪਣੇ ਨਾਲ ਹਰਜੋਤ ਸਿੰਘ ਜੀ ਜੁੜਦੇ ਨੇ, ਪਰ ਅੱਜ ਜਿਹੜੇ ਕੁਛ ਨਿੱਜੀ ਕਾਰਨਾਂ ਕਰਕੇ ਉਹ ਆਪਣੇ ਨਾਲ ਸਟੂਡੀਓ 'ਚ ਨਹੀਂ ਮੌਜੂਦ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹ ਜ਼ਰੂਰ ਆਪਣੇ ਨਾਲ ਦੁਬਾਰਾ ਉਹ ਜੁੜਨਗੇ। ਉਨੀ ਦੇਰ ਤੱਕ ਜਿਹੜੀ ਆਪਾਂ ਜ਼ਰੂਰ ਤੁਹਾਡੇ ਨਾਲ ਵੱਖ ਵੱਖ ਖਬਰਾਂ ਜਿਹੜੀਆਂ ਉਹ ਸਾਂਝੀਆਂ ਕਰਨ ਦੀ ਜਿਹੜੀ ਆ ਪੂਰੀ ਕੋਸ਼ਿਸ਼ ਜਿਹੜੀ ਉਹ ਕਰਦੇ ਰਹਾਂਗੇ। ਅਤੇ ਖਬਰਾਂ ਦੀ ਜਿਹੜੀ ਹੈ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪੋਂਸਰਸ ਨੇ, ਸਹਿਯੋਗੀ ਨੇ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆ। ਅਪਡੇਟ ਅਮੈਰੀਕਾ ਨੂੰ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਨੰਬਰ 408-272-2500। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਨ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ, 408-722-7698 ਦੇ ਉੱਤੇ। ਅਤੇ ਆਓ ਹੁਣ ਜਿਹੜੀ ਖਬਰਾਂ ਦੀ ਆਪਾਂ ਜਿਹੜੀ ਸ਼ੁਰੂਆਤ ਕਰਦੇ ਹਾਂ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਸਟੀਲ ਦਾ ਜਿਹੜਾ ਇੱਥੇ ਆਪਣੇ ਕੋਲ ਆਉਂਦਾ ਆ, ਜਿਹੜਾ ਆਪਾਂ ਇੰਪੋਰਟ ਕੀਤਾ ਜਾਂਦਾ ਆ, ਉਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਟੈਕਸ ਲਾਉਣ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਆ। ਉਹਨਾਂ ਨੇ ਕੱਲ੍ਹ ਨਾਲ ਹੀ ਟਵੀਟ ਦੇ ਵਿੱਚ ਜਿਹੜਾ ਆਖਿਆ ਵੀ ਅਸੀਂ ਆਪਣੇ ਮੁਲਕ ਅਤੇ ਆਪਣੇ ਮੁਲਕ ਦੇ ਜਿਹੜੇ ਵਰਕਰ ਆ ਅਮਰੀਕਾ ਦੇ, ਉਹਨਾਂ ਨੂੰ ਜਿਹੜਾ ਆ ਬਚਾਉਣਾ ਚਾਹੀਦਾ ਆ। ਅਤੇ ਸਾਡੀ ਸਟੀਲ ਇੰਡਸਟਰੀ ਇਸ ਟਾਈਮ ਬਹੁਤ ਹੀ ਬੈਡ ਸ਼ੇਪ ਦੇ ਵਿੱਚ ਆ, ਬਹੁਤ ਹੀ ਭੈੜੀ ਸ਼ੇਪ ਦੇ ਵਿੱਚ ਆ। ਅਤੇ ਕਹਿੰਦੇ ਵੀ ਜੇ ਆਪਣੇ ਕੋਲ ਆਪਣਾ ਸਟੀਲ ਨਹੀਂ ਆ ਤਾਂ ਵੀ ਡੋਂਟ ਹੈਵ ਏ ਕੰਟਰੀ। ਉਹਨਾਂ ਨੇ ਇੱਥੋਂ ਤੱਕ ਜਿਹੜਾ ਟਵੀਟ ਦੇ ਜ਼ਰੀਏ ਇਹ ਬਿਆਨ ਦਿੱਤਾ। ਕਹਿੰਦੇ ਜਿਹੜਾ ਇਹ ਪਲੈਨ ਕੀਤਾ ਇਹਨਾਂ ਨੇ ਵੀ ਜਿਹੜੇ ਟੈਰਿਫ ਲਾਉਣ ਦਾ, ਤਕਰੀਬਨ 25% ਤੱਕ ਜਿਹੜਾ ਆ ਉਹਨਾਂ ਨੇ ਟੈਰਿਫ ਲਾਉਣ ਦੀ ਜਿਹੜੀ ਆ ਉਹ ਗੱਲ ਆਖੀ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਜ਼ਰੂਰ ਹੋਇਆ ਆ ਵੀ ਕਾਫੀ ਜਿਹੜੇ ਮੁਲਕ ਆ ਉਹਨਾਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗੀ, ਕਿਉਂਕਿ ਉਹ ਇੱਥੇ ਜਿਹੜੇ ਆਪਣਾ ਸਟੀਲ ਵੇਚਦੇ ਨੇ ਅਤੇ ਉਹਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ, ਅਤੇ ਹੁਣ ਜਦੋਂ ਸਿੱਧਾ ਹੀ 25% ਟੈਕਸ ਜਿਹੜਾ ਦੇਣਾ ਪਊਗਾ ਤਾਂ ਉਹਦੇ ਕਰਕੇ ਉਹਨਾਂ ਦੇ ਵੀ ਕਹਿ ਲਓ ਵੀ ਜਿਹੜਾ ਐਕਸਪੋਰਟ ਇੰਪੋਰਟ ਦਾ ਜਿਹੜਾ ਬਿਜ਼ਨਸ ਆ ਉਸ ਦੇ ਉੱਤੇ ਜਿਹੜਾ ਵੱਡਾ ਅਸਰ ਜਿਹੜਾ ਉਹ ਪੈ ਸਕਦਾ ਆ। ਅਤੇ ਉਹਦੇ ਕਰਕੇ ਜੇ ਦੇਖਿਆ ਜਾਵੇ ਤਾਂ ਕਹਿੰਦੇ ਆ ਵੀ ਬੜੇ ਖਾਸ ਕਰਕੇ ਜਿਹੜੇ ਮੁਲਕ ਨੇ ਜਿਹੜੇ ਉਹ ਖਾਸੇ ਨਿਰਾਸ਼ ਨੇ। ਚਾਈਨਾ ਵਰਗਾ ਮੁਲਕ ਬਹੁਤ ਜਿਹੜਾ ਇਸਦੇ ਕਰਕੇ ਕਹਿ ਲਓ ਵੀ ਨਾ ਖੁਸ਼ ਆ, ਕਿਉਂਕਿ ਉਹਨਾਂ ਨੂੰ ਹੁਣ ਇੱਕ ਹਿਸਾਬ ਦੇ ਨਾਲ ਉਸ ਦੇ ਉੱਤੇ ਇੱਥੇ ਆਪਣਾ ਸਟੀਲ ਵੇਚਣ ਦੇ ਲਈ ਟੈਕਸ ਦੇਣਾ ਪੈਣਾ ਆ। ਅਤੇ ਇੱਦਾਂ ਹੀ ਹੁੰਦਾ ਆ ਵੈਸੇ, ਕੋਈ ਵੀ ਕੰਟਰੀ ਕੋਈ ਵੀ ਜਿਹੜਾ ਐਕਸਪੋਰਟ ਇੰਪੋਰਟ ਜਦੋਂ ਕਰਦੀ ਕਿਸੇ ਹੋਰ ਮੁਲਕ ਦੇ ਵਿੱਚ ਘੱਲਦੀ ਆ, ਅਤੇ ਜਿੱਥੇ ਵੇਚਿਆ ਜਾਂਦਾ ਉੱਥੇ ਦਾ ਸਮਾਨ ਉਹ ਮੁਲਕ ਵਾਲੇ ਜਿਹੜੇ ਆ ਉਹ ਜ਼ਿਆਦਾਤਰ ਉਸ ਦੇ ਉੱਤੇ ਟੈਕਸ ਲਾਉਂਦੇ ਨੇ। ਜਿਹੜੇ ਕਿਸੇ ਦੇ ਨਾਲ ਜਿਹੜੀਆਂ ਹੁੰਦੇ ਸਮਝੌਤੇ ਹੋਏ ਹੁੰਦੇ ਉਸ ਦੇ ਅਧੀਨ ਨਹੀਂ ਵੀ ਟੈਕਸ ਲੱਗਦੇ, ਪਰ ਇਹ ਕਹਿੰਦੇ ਬਹੁਤ ਚਿਰਾਂ ਬਾਅਦ ਜਿਹੜਾ ਇਹ ਚੀਜ਼ ਹੋਣ ਜਾ ਰਹੀ ਆ ਜੇ ਰਾਸ਼ਟਰਪਤੀ ਟਰੰਪ ਇਸ ਦੇ ਨਾਲ ਗੋ ਥਰੂ ਹੋ ਜਾਂਦੇ ਆ। ਉਹਨਾਂ ਨੇ ਇਨਫੈਕਟ ਕਹਿ ਹੀ ਦਿੱਤਾ ਵੀ ਅਗਲੇ ਵੀਕ ਤੋਂ ਜਿਹੜੇ ਨਵੇਂ ਟੈਰਿਫ ਆ ਉਹ ਲਿਆਉਂਦੇ ਜਾ ਰਹੇ ਆ। ਕਹਿੰਦੇ ਲਾਸਟ ਟਾਈਮ ਜਿਹੜੇ ਰਿਚਰਡ ਨਿਕਸਨ ਸੀਗੇ 1970s ਦੇ ਵਿੱਚ, ਉਦੋਂ ਇਹ ਕੰਮ ਜਿਹੜਾ ਆ ਸਟੀਲ ਦੇ ਉੱਤੇ ਜਿਹੜਾ ਇੰਪੋਰਟ ਕੀਤਾ ਜਾਂਦਾ ਆ ਉਸ ਉੱਤੇ ਟੈਕਸ ਦੀ ਗੱਲ ਆਖੀ ਗਈ ਸੀ। ਚਾਈਨਾ ਜਿਹੜਾ ਆ ਉਹ ਇੱਕ ਵੱਡਾ ਇੱਥੇ ਆਪਣਾ ਸਟੀਲ ਘੱਲਦਾ ਆ, ਇਹੀ ਨਹੀਂ ਕੈਨੇਡਾ ਜਿਹੜਾ ਆ ਉਹ ਬਹੁਤ ਜਿਹੜਾ ਸਟੀਲ ਇੱਥੇ ਘੱਲਦਾ ਆ। ਸੋ 10 ਜਿਹੜੇ ਵੱਡੇ ਮੁਲਕ ਦੇ ਉੱਤੇ ਜਿਨ੍ਹਾਂ ਉੱਤੇ ਜਿਹੜਾ ਡਾਇਰੈਕਟ ਅਸਰ ਜਿਹੜਾ ਪਊਗਾ ਉਹਨਾਂ ਵਿੱਚ ਕੈਨੇਡਾ, ਬ੍ਰਾਜ਼ੀਲ, ਸਾਊਥ ਕੋਰੀਆ, ਮੈਕਸੀਕੋ, ਰਸ਼ੀਆ, ਟਰਕੀ, ਜਪਾਨ, ਟਾਈਵਾਨ, ਜਰਮਨੀ, ਇੰਡੀਆ, ਇਹ ਜਿਹੜੇ ਮੁਲਕ ਨੇ ਇਹ 78% ਇਹਨਾਂ ਤੋਂ US ਦਾ ਸਟੀਲ ਜਿਹੜਾ ਇੰਪੋਰਟ ਕੀਤਾ ਜਾਂਦਾ ਆ। ਸੋ ਇਹ 25% ਤੁਸੀਂ ਲਾ ਲਓ ਵੀ ਜੇ ਟੈਕਸ ਇਹਨਾਂ ਦੇ ਉੱਤੇ ਲੱਗਦਾ ਆ ਅਤੇ ਜਿਹੜਾ ਸਟੀਲ ਵੀ ਇੱਥੇ ਇਹਦਾ ਮਤਲਬ ਉਹ ਮਹਿੰਗਾ ਹੋਊਗਾ। ਸੋ ਕਾਫੀ ਕੁਛ ਇਸ ਦੇ ਉੱਤੇ ਜਿਹੜਾ ਅਸਰ ਆ ਉਹ ਪਵੇਗਾ ਕਿਹਾ ਜਾਂਦਾ ਆ। ਦੇਖੋ ਆਪਣਾ ਸਰ ਜਿਹੜਾ ਗਵਾਂਢੀ ਮੁਲਕ ਆ ਕੈਨੇਡਾ ਦਾ, ਉਹ ਸਭ ਤੋਂ ਵੱਡਾ ਜਿਹੜਾ ਇੰਪੋਰਟ ਉੱਥੋਂ ਆਪਾਂ ਕਰਦੇ ਸੀਗੇ। ਇਸ ਦੇ ਬਾਰੇ ਕਾਫੀ ਜਿਹੜਾ ਆ ਉਹ ਪਤਾ ਨਹੀਂ ਵੀ ਹੋਊਗਾ ਕਈ ਲੋਕਾਂ
ਨੂੰ, ਪਰ ਇਸ ਦੇ ਨਾਲ ਜਿਹੜਾ ਕਾਫੀ ਹਲਚਲ ਕਹਿੰਦੇ ਆ ਉਹ ਮਚੀ ਹੋਈ ਆ। ਸਟਾਕ ਮਾਰਕੀਟ ਦਾ ਵੀ ਜਿਹੜਾ ਅਸਰ ਇਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਦੇਖਿਆ ਗਿਆ ਆ। ਆਲਰੇਡੀ 300 ਪੁਆਇੰਟ ਜਿਹੜਾ ਸਟਾਕ ਮਾਰਕੀਟ ਆ ਉਹ ਕਹਿੰਦੇ ਆ ਵੀ ਡਾਊਨ ਕਿਤੇ ਨਾ ਕਿਤੇ ਜਿਹੜਾ ਇਸ ਟਾਈਮ ਰਾਈਟ ਨਾਓ ਜਿਹੜਾ ਚੱਲ ਰਿਹਾ ਆ ਇਹਨਾਂ ਦੇ ਕੱਲ੍ਹ ਦੇ ਇਸ ਬਿਆਨ ਤੋਂ ਬਾਅਦ ਦੇ ਵਿੱਚ। ਸੋ ਇਸ ਦੇ ਨਾਲ ਜਿਹੜਾ ਕਾਫੀ ਅਸਰ ਪਊਗਾ, ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਦੇ ਉੱਤੇ ਹੁੰਦਾ ਹੈ। ਪਰ ਇੱਕ ਗੱਲ ਜਿਹੜੀ ਜ਼ਰੂਰ ਰਾਸ਼ਟਰਪਤੀ ਟਰੰਪ ਨੇ ਹਮੇਸ਼ਾ ਜਿਹੜੀ ਕਲੀਅਰ ਇਸ ਚੀਜ਼ ਦੇ ਵਿੱਚ ਰੱਖੀ ਆ ਉਹ ਗੱਲ ਜਿਹੜੀ ਇੱਦਾਂ ਦੀ ਕੋਈ ਗੱਲ ਕਰ ਰਹੇ ਆ ਅਤੇ ਉਸ ਦੇ ਨਾਲ ਗੋ ਥਰੂ ਜਿਹੜੇ ਆ ਉਹ ਕਰ ਰਹੇ ਨੇ। ਸੋ ਇਹ ਹੁਣ ਦੇਖਦੇ ਹਾਂ ਕੀ ਇਸ ਦੇ ਵਿੱਚ ਬਣਦਾ ਆ। ਪਰ ਮੇਜਰ ਜਿਹੜੇ ਚੇਂਜਿਸ ਜਿਹੜੇ ਇੰਪੋਰਟ ਐਕਸਪੋਰਟ ਨੂੰ ਲੈ ਕੇ ਜਿਹੜੇ ਆ ਰਹੇ ਆ, ਹੋਰ ਵੀ ਕਈ ਪੋਲਿਸੀਜ਼ ਦੇ ਵਿੱਚ ਜਿਹੜੇ ਚੇਂਜਿਸ ਆ ਆਪਾਂ ਲਗਾਤਾਰ ਜਿਹੜੇ ਉਹ ਦੇਖ ਰਹੇ ਹਾਂ। ਆਪਣੇ ਕੈਂਪੇਨ ਦੇ ਦੌਰਾਨ ਵੀ ਸਟੀਲ ਵਰਕਰਸ ਦੀ ਜਿਹੜੀ ਆ ਉਹ ਗੱਲ ਕਰਦੇ ਰਹੇ ਸੀ, ਜਿਹੜੀ ਇੱਕ ਕੀਸਟੋਨ ਐਕਸਲ ਪਾਈਪਲਾਈਨ ਆ ਜਿਹੜੀ ਪਿਛਲੇ ਪ੍ਰਸ਼ਾਸਨ ਨੇ ਰੋਕੀ ਸੀਗੀ ਅਤੇ ਉਹ ਇਹਨਾਂ ਨੇ ਜਿਹੜੀ ਆ ਆਗਿਆ ਉਸ ਦੀ ਦੇ ਦਿੱਤੀ ਸੀ ਵੀ ਇਹ ਹੁਣ ਬਣਾਈ ਜਾ ਸਕਦੀ ਆ। ਉਸ ਦੇ ਵਿੱਚ ਇਹਨਾਂ ਨੇ ਇੱਕ ਸ਼ਰਤ ਰੱਖੀ ਸੀਗੀ ਵੀ ਸਟੀਲ ਜਿਹੜਾ ਆ ਉਹ ਪਾਈਪਲਾਈਨਸ ਦੇ ਲਈ ਜਿਹੜਾ ਅਮੈਰੀਕਨ ਵਰਤਿਆ ਜਾਊਗਾ, ਪਰ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੀ ਇੱਕ ਕੈਨੇਡਾ ਦੀ ਕੰਪਨੀ ਜਿਸ ਨੂੰ ਇਹ ਮਿਲਿਆ ਆ ਮੌਕਾ ਬਣਾਉਣ ਦਾ, ਉਹਨਾਂ ਨੂੰ ਫਿਰ ਉਹਨਾਂ ਨੇ ਖੋਲ੍ਹ ਦਿੱਤੀ ਵੀ ਤੁਸੀਂ ਜਿਹੜਾ ਆ ਆਪਣਾ ਇੰਪੋਰਟਡ ਸਟੀਲ ਜਿਹੜਾ ਉਹ ਵੀ ਜਿਹੜਾ ਆ ਵਰਤ ਸਕਦੇ ਆ। ਹੁਣ ਜਿਹੜਾ ਇੰਪੋਰਟਡ ਸਟੀਲ ਦੇ ਉੱਤੇ ਜਿਹੜਾ ਟੈਕਸ ਲਾਉਣ ਦੇ ਨਾਲ ਉਹ ਸਟੀਲ ਦੀ ਜਿਹੜੀ ਕੀਮਤ ਦੇ ਵਿੱਚ ਵੀ ਜਿਹੜਾ ਵਾਧਾ ਹੋਊਗਾ। ਕਾਫੀ ਜਿਹੜੇ ਚੇਂਜਿਸ ਆ ਇੱਦਾਂ ਦੇ ਹੋ ਰਹੇ ਆ ਅਤੇ ਇਸ ਦਾ ਅਸਰ ਜਿਹੜਾ ਕਿਤੇ ਨਾ ਕਿਤੇ ਡਾਓ ਜੋਨਸ ਦੇ ਉੱਤੇ ਪੈ ਰਿਹਾ ਅਤੇ ਚਾਈਨਾ ਖਾਸਾ ਨਿਰਾਸ਼ ਜਿਹੜਾ ਆ ਇਸ ਤੋਂ ਉਹ ਲੱਗ ਰਿਹਾ ਆ। ਅਗਲੀ ਆਪਾਂ ਹੁਣ ਜੇ ਗੱਲ ਦੇ ਵੱਲ ਵਧੀਏ, NRA ਦੇ ਨਾਲ ਜੁੜੀ ਹੋਈ ਆ, ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ ਹੀ ਜੁੜੀ ਹੋਈ ਜਿਹੜੀ ਅਗਲੀ ਖਬਰ ਆ, ਜਿਸ ਦੇ ਵਿੱਚ ਆਪਾਂ ਜਾਣਦੇ ਹਾਂ ਵੀ ਕੁਛ ਦਿਨ ਪਹਿਲਾਂ ਜਦੋਂ ਰਾਸ਼ਟਰਪਤੀ ਟਰੰਪ ਨੇ ਡੈਮੋਕਰੇਟ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ ਸੈਨੇਟਰਸ ਨੂੰ ਸੱਦਾ ਦਿੱਤਾ ਸੀ ਵੀ ਆਪਾਂ ਮਿਲ ਜੁਲ ਕੇ ਕੋਈ ਇੱਕ ਅਜਿਹਾ ਪ੍ਰੋਗਰਾਮ ਜਿਹੜਾ ਤਿਆਰ ਕੀਤਾ ਜਾਵੇ ਜਿਸ ਦੇ ਕਰਕੇ ਜਿਹੜੇ ਆਪਣੇ ਸਕੂਲ ਆ ਉਹ ਸੇਫ ਹੋਣ। ਸੋ NRA ਦੇ ਕਹਿੰਦੇ ਇੱਕ ਟੌਪ ਲੋਬਿਸਟ ਕੱਲ੍ਹ ਉਹ ਜਿਹੜੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਮਾਈਕ ਪੈਂਸ ਉਹਨਾਂ ਦੇ ਨਾਲ ਮਿਲੇ ਆ, ਉਹਨਾਂ ਨੇ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਬਿਆਨ ਦਿੱਤਾ ਹੈ ਉਸਨੇ ਵੀ ਇੱਕ ਹਿਸਾਬ ਦੇ ਨਾਲ ਸਾਰਿਆਂ ਨੂੰ ਹਿਲਾ ਦਿੱਤਾ, ਕਿਉਂਕਿ ਇਹ ਬਿਆਨ ਆਉਣ ਤੋਂ ਪਹਿਲਾਂ ਸਾਰੇ ਜਣੇ ਹੀ ਕਹਿ ਰਹੇ ਸੀਗੇ, ਰਾਸ਼ਟਰਪਤੀ ਟਰੰਪ ਇਨਫੈਕਟ ਇਹੀ ਕਹਿ ਰਹੇ ਸੀਗੇ ਵੀ ਆਪਾਂ ਗਨ ਕੰਟਰੋਲ ਦੀ ਜਿਹੜੀ ਗੱਲ ਕਰਦੇ ਹਾਂ ਏਜ ਲਿਮਿਟ ਜਿਹੜੀ ਆ ਉਹ ਆਪਾਂ ਵਧਾਉਣੀ ਆ। ਸੋ ਉਸ ਦੇ ਚੱਲਦਿਆਂ ਹੋਇਆ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਪਹਿਲਾਂ ਬੈਨ ਕਰ ਲੈਂਦੇ ਹਾਂ ਅਤੇ ਪ੍ਰੋਸੈਸ ਜਿਹੜਾ ਬਾਅਦ ਦੇ ਵਿੱਚ ਆਪਾਂ ਨਾਲ ਨਾਲ ਜਿਹੜਾ ਉਹ ਕਰੀ ਚੱਲਾਂਗੇ। ਅਤੇ ਉਮਰ ਵਧਾਉਣ ਦੀ ਗੱਲ ਜਿਹੜੀ ਆ ਕਾਫੀ ਹੋਰ ਵੀ ਸੈਨੇਟਰਸ ਜਿਹੜੇ ਆ ਉਹ ਉਸ ਦੇ ਵਿੱਚ ਕਹਿ ਲਓ ਵੀ ਉਹਨਾਂ ਦਾ ਸਾਥ ਜਿਹੜਾ ਦੇ ਰਹੇ ਆ। ਅਤੇ ਉਦੋਂ ਉਹਨਾਂ ਨੇ ਬੈਠੇ ਬੈਠੇ ਉਸ ਮੀਟਿੰਗ ਦੇ ਵਿੱਚ ਇੱਕ ਰਿਪਬਲਿਕਨ ਸੈਨੇਟਰ ਨੂੰ ਇਹੀ ਕਿਹਾ ਸੀਗਾ ਵੀ ਤੁਸੀਂ ਡਰਦੇ ਹੋ NRA ਤੋਂ, ਯੂ ਆਰ ਪੈਟਰੀਫਾਈਡ ਆਫ NRA, ਯੂ ਆਰ ਸਕੇਅਰਡ ਆਫ NRA। ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਕਿਹਾ ਵੀ ਆਪਾਂ ਇਹ ਚੀਜ਼ ਕਰਾਂਗੇ। ਪਰ ਕੱਲ੍ਹ ਜਿਹੜੇ NRA ਦੇ ਜਿਹੜੇ ਲੋਬਿਸਟ ਮਿਲ ਕੇ ਆਏ ਆ ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਅਤੇ ਮਾਈਕ ਪੈਂਸ ਬਿਲਕੁਲ ਇਹ ਉਹਨਾਂ ਦੀ ਇੱਛਾ ਹੈ ਨਹੀਂ ਆ ਵੀ ਗਨ ਕੰਟਰੋਲ ਜਿਹੜਾ ਉਹ ਲਿਆਂਦਾ ਜਾਵੇ ਜਾਂ ਗਨ ਕੰਟਰੋਲ ਜਿਹੜਾ ਆ ਉਹ ਕੀਤਾ ਜਾਵੇ। ਸੋ ਉਹਦੇ ਨਾਲ ਹੋਰ ਜਿਹੜੀ ਖਲਬਲੀ ਜੀ ਜਿਹੜੀ ਮੱਚ ਗਈ ਆ ਅਤੇ ਬਹੁਤ ਸਾਰੇ ਲੋਕ ਜਿਹੜੇ ਹੁਣ ਇਹ ਸੋਚਣ ਲੱਗ ਗਏ ਵੀ ਸ਼ਾਇਦ ਰਾਸ਼ਟਰਪਤੀ ਟਰੰਪ ਨੇ ਜਿਹੜਾ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਫਲੋਰੀਡਾ ਦੇ ਵਿੱਚ ਹੋਈ ਸਕੂਲ ਦੀ ਸ਼ੂਟਿੰਗ ਤੋਂ ਬਾਅਦ 'ਚ ਇੱਕ ਸਟੈਂਡ ਲਿਆ ਸੀਗਾ ਵੀ ਹਾਂ ਆਪਾਂ ਬੈਨ ਕੁਛ ਕਰਾਂਗੇ ਜਾਂ ਕੁਛ ਉਮਰ ਵਧਾਵਾਂਗੇ, ਉਸ ਤੋਂ ਫਿਰ ਜਿਹੜਾ ਫਲਿੱਪ ਫਲੋਪ ਕਰਦੇ ਨਜ਼ਰ ਆ ਰਹੇ ਆ ਵੀ ਉਹ ਤੋਂ ਯੂ ਟਰਨ ਮਾਰਦੇ ਹੋਏ ਨਜ਼ਰ ਆ ਰਹੇ ਆ। ਦੇਖਦੇ ਹਾਂ ਜਿਹੜਾ ਜੀ ਕੀ ਬਣੂਗਾ। ਅਤੇ ਬਹੁਤ ਸਾਰੇ ਜਿਹੜੇ ਲਾਅ ਮੇਕਰਸ ਆ ਉਹ ਆਪਣਾ ਜਿਹੜਾ ਕੋਈ ਅਜਿਹਾ ਬਿੱਲ ਇਸ ਕਰਕੇ ਨਹੀਂ ਕਹਿੰਦੇ ਸਦਨ ਦੇ ਵਿੱਚ ਲਿਆ ਰਹੇ, ਸੈਨੇਟ 'ਚ ਲਿਆ ਰਹੇ, ਕਹਿੰਦੇ ਵੀ ਜਿੰਨੀ ਦੇਰ ਤੱਕ ਜੇ ਰਾਸ਼ਟਰਪਤੀ ਟਰੰਪ ਉਹਨਾਂ ਦਾ ਸਾਥ ਉਹਨਾਂ ਨੂੰ ਨਹੀਂ ਹੋਊਗਾ, ਬਾਅਦ ਦੇ ਵਿੱਚ ਜੇ ਔਖੇ ਸੌਖੇ ਹੋ ਕੇ ਬਿੱਲ ਪਾਸ ਵੀ ਹੋ ਜਾਂਦਾ ਆ ਅਤੇ ਉਸ ਦੇ ਉੱਤੇ ਜੇ ਰਾਸ਼ਟਰਪਤੀ ਟਰੰਪ ਨੇ ਵੀਟੋ ਕਰਤਾ ਵਾਪਸ ਘਲਾਤਾ ਤਾਂ ਉਹਨਾਂ ਦੀ ਸਾਰੀ ਮਿਹਨਤ ਜਿਹੜੀ ਆ ਮਿੱਟੀ ਹੋ ਜਾਊਗੀ। ਇਸੇ ਲਈ ਮਿਲ ਜੁਲ ਕੇ ਕੁਛ ਇੱਕ ਬਿੱਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਜਿਸ ਦੇ ਵਿੱਚ ਰਿਪਬਲਿਕਨ ਵੀ ਸਾਥ ਹੋਵੇ, ਡੈਮੋਕਰੇਟਸ ਦਾ ਵੀ ਸਾਥ ਹੋਵੇ ਅਤੇ ਨਾਲ ਉਸੇ ਹੀ ਬਿੱਲ ਦੇ ਉੱਤੇ ਰਾਸ਼ਟਰਪਤੀ ਟਰੰਪ ਦਾ ਵੀ ਜਿਹੜਾ ਆ ਉਹ ਸਾਥ ਉਹਨਾਂ ਨੂੰ ਮਿਲਿਆ ਹੋਵੇ ਤਾਂ ਫਿਰ ਅਜਿਹਾ ਕੁਛ ਉਹ ਕਰਨ ਦੀ ਜਿਹੜੀ ਉਹ ਸੋਚ ਰਹੇ ਆ ਤਾਂ ਜੋ ਬਾਅਦ ਦੇ ਵਿੱਚ ਕੋਈ ਅੜਿੱਕਾ ਜਿਹੜਾ ਆ ਉਹ ਜ਼ਿਆਦਾ ਨਾ ਜਿਹੜਾ ਆ ਜਾਵੇ। ਇਸ ਕਰਕੇ ਇਹ ਜਿਹੜੀ ਆ ਕੋਸ਼ਿਸ਼ ਹੁਣ ਸੈਨੇਟਰਸ ਦੀ ਰਹੇਗੀ, ਦੇਖਦੇ ਹਾਂ ਕੀ ਹੁੰਦਾ ਆ। ਆਪਾਂ ਜਿੱਦਾਂ ਪਿਛਲੇ ਦਿਨਾਂ 'ਚ ਵੀ ਦੇਖ ਰਹੇ ਸੀਗੇ ਵੀ ਹੁਣ ਸੈਨੇਟ ਇੱਕ ਕਾਇੰਡ ਆਫ ਵਿਹਲੀ ਆ ਇਸ ਪਾਸੇ ਵੱਲ ਤੋਂ, ਕਿਉਂਕਿ ਇਮੀਗ੍ਰੇਸ਼ਨ ਦੇ ਜਿਹੜੇ ਮਸਲੇ ਦੇ ਉੱਤੇ ਉਹ ਹੁਣ ਬਹੁਤ ਬੈਕਫੁੱਟ 'ਤੇ ਚਲਾ ਗਿਆ ਆ ਸਿਚੁਏਸ਼ਨ, ਜਦੋਂ ਦਾ ਉਸ
ਜਿਹੜੇ ਅਦਾਲਤ ਦੇ ਵਿੱਚ ਜਿਹੜਾ ਅਜੇ ਫੈਸਲਾ ਆਉਣਾ ਬਾਕੀ ਆ ਅਤੇ ਜਿਹੜੀ ਅਦਾਲਤ ਨੇ ਪਹਿਲਾਂ ਜਿਹੜਾ ਆਖ ਦਿੱਤਾ ਸੀਗਾ ਜੱਜ ਨੇ ਵੀ ਇਹ ਐਕਸਟੈਂਸ਼ਨ ਨੂੰ ਤੁਸੀਂ ਰੋਕ ਨਹੀਂ ਸਕਦੇ। ਸੋ ਡਾਕਾ ਵਾਲੇ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੁੱਲ੍ਹੀ ਹਵਾ ਦੇ ਵਿੱਚ ਜਿਹੜਾ ਮਹਿਸੂਸ ਕਰ ਰਹੇ ਆ, ਪਰ ਜਿੰਨੀ ਦੇਰ ਤੱਕ ਕੇਸ ਚੱਲਦਾ ਹੈ ਅਤੇ ਫੈਸਲਾ ਪੂਰਾ ਨਹੀਂ ਆ ਜਾਂਦਾ ਉਨੀ ਦੇਰ ਤੱਕ ਜ਼ਰੂਰ ਉਹ ਡਾਇਲਮਾ ਦੇ ਵਿੱਚ ਵਿਚਾਲੇ ਜਿਹੜੇ ਆ ਉਹ ਫਸੇ ਰਹਿਣਗੇ। ਗਨ ਕੰਟਰੋਲ ਦੀ ਆਪਾਂ ਗੱਲ ਕਰ ਰਹੇ ਹਾਂ ਅਤੇ ਇੱਕ ਬਹੁਤ ਹੀ ਭੈੜੀ ਖਬਰ ਹੋਰ ਜਿਹੜੀ ਆ ਰਹੀ ਅਮਰੀਕਾ ਦੇ ਵਿੱਚੋਂ ਹੀ, ਸੈਂਟਰਲ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਉੱਥੇ ਗੋਲੀਬਾਰੀ ਹੋਈ ਆ ਜਿਸ ਦੇ ਵਿੱਚ ਦੋ ਜਾਣਿਆਂ ਦੇ ਮਾਰੇ ਜਾਣ ਦੀ ਖਬਰ ਆਈ ਆ। ਇਹ ਜਿਹੜਾ ਡੋਰਮ ਦੇ ਵਿੱਚ, ਸੈਂਟਰਲ ਮਿਸ਼ੀਗਨ ਯੂਨੀਵਰਸਿਟੀ ਦੇ ਡੋਰਮ ਦੇ ਵਿੱਚ ਹੋਇਆ ਆ। ਉੱਥੇ ਜਦ ਇਹ ਗੋਲੀਬਾਰੀ ਹੋਈ, ਹਾਹਾਕਾਰ ਮਚੀ, ਭੱਜਦੜ ਜਿਹੜੀ ਆ ਉਹ ਮਚੀ ਹੋਈ ਸੀ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਉੱਥੇ ਪਹੁੰਚੀ, ਲੋਕਡਾਊਨ ਜਿਹੜਾ ਆ ਉਹ ਕੀਤਾ ਗਿਆ ਅਤੇ ਗੋਲੀਬਾਰੀ ਦੇ ਵਿੱਚ ਦੋ ਜਣਿਆਂ ਦੇ ਮਾਰੇ ਜਾਣ ਦੀ ਜਿਹੜੀ ਪੁਸ਼ਟੀ ਆ ਅਧਿਕਾਰੀਆਂ ਵੱਲੋਂ ਕੀਤੀ ਗਈ ਆ ਅਤੇ ਜਿਸ ਨੇ ਕਥਿਤ ਜਿਹੜਾ ਵੀ ਜਿਸਨੇ ਗੋਲੀ ਚਲਾਈ ਆ ਉਹ ਅਜੇ ਵੀ ਭੱਜਿਆ ਹੋਇਆ ਆ। ਸਸਪੈਕਟ ਜਿਹੜਾ ਆ ਉਹ ਐਟ ਲਾਰਜ ਆ, ਉਹ ਅਜੇ ਅਧਿਕਾਰੀਆਂ ਦੇ ਹੱਥੇ ਜਿਹੜਾ ਉਹ ਨਹੀਂ ਚੜਿਆ। ਅਤੇ ਜਿਹੜਾ ਕੈਂਪਸ ਆ ਅਤੇ ਜਿਹੜਾ ਮਾਊਂਟ ਪਲੈਜ਼ੈਂਟ ਆ ਜਿੱਥੇ ਇਹ ਕੈਂਪਸ ਹੈਗਾ ਆ ਉਹ ਇਸ ਟਾਈਮ ਪੂਰੇ ਲੋਕਡਾਊਨ ਦੇ ਉੱਤੇ ਰੱਖਿਆ ਹੋਇਆ ਆ। ਬਹੁਤ ਬੈਡ ਜਿਹੜਾ ਕਹਿ ਲਓ ਵੀ ਇਹ ਇੱਕ ਕਹਿ ਲਓ ਵੀ ਵੀਕਐਂਡ ਫੇਰ ਚੜਿਆ ਆ ਜਿਸ ਦੇ ਵਿੱਚ ਇੱਕ ਵਾਰੀ ਫੇਰ ਗੋਲੀਬਾਰੀ ਹੋਈ ਆ। ਪਹਿਲਾਂ ਸਕੂਲ ਦੇ ਵਿੱਚ ਸੀਗੀ, ਹਾਈ ਸਕੂਲ ਦੇ ਵਿੱਚ, ਹੁਣ ਇਹ ਯੂਨੀਵਰਸਿਟੀ ਦੇ ਵਿੱਚ ਗੋਲੀਬਾਰੀ ਚੱਲੀ ਆ। ਸ਼ੂਟਿੰਗ ਕਹਿੰਦੇ ਆ ਜਿਹੜਾ ਕੈਂਬਲ ਹਾਲ ਹੈਗਾ ਇਸ ਯੂਨੀਵਰਸਿਟੀ ਦੇ ਡੋਰਮਸ ਦਾ, ਉਹਦੇ ਚੌਥੇ ਫਲੋਰ ਦੇ ਉੱਤੇ ਉਹ ਚੱਲੀ ਆ। ਕੋਐਡ ਰੈਜ਼ੀਡੈਂਸ ਹੈਗਾ ਆ, ਕੁੜੀਆਂ ਅਤੇ ਮੁੰਡੇ ਜਿਹੜੇ ਆ ਉਹ ਉੱਥੇ ਰਹਿੰਦੇ ਨੇ ਅਤੇ ਕਲਾਸਾਂ ਕਹਿੰਦੇ ਆ ਉਸ ਤੋਂ ਬਾਅਦ ਦੇ ਵਿੱਚ ਫਿਰ ਕੈਂਸਲ ਜਿਹੜੀਆਂ ਕਰ ਦਿੱਤੀਆਂ ਗਈਆਂ ਅਤੇ ਨਿਆਣਿਆਂ ਨੂੰ ਸ਼ੈਲਟਰ ਕਰਨ ਦੇ ਲਈ, ਸ਼ੈਲਟਰ ਪਲੇਸ ਦੇ ਵਿੱਚ ਜਾਣ ਦੇ ਲਈ ਆਖ ਦਿੱਤਾ ਗਿਆ ਅਤੇ ਉਸ ਇਲਾਕੇ ਦੇ ਵਿੱਚ ਨਾ ਜਾਇਆ ਜਾਵੇ। ਸੈਂਟਰਲ ਮਿਸ਼ੀਗਨ ਯੂਨੀਵਰਸਿਟੀ ਮਾਊਂਟ ਪਲੈਜ਼ੈਂਟ ਮਿਸ਼ੀਗਨ ਦੇ ਵਿੱਚ ਇਹ ਹੋਇਆ ਆ। ਸੋ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਟਵੀਟ ਕਰਨੇ ਸ਼ੁਰੂ ਕਰ ਦਿੱਤੇ, ਸਨੈਪਚੈਟ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਇਹ ਪਤਾ ਲੱਗਾ। ਬਾਕੀਆਂ ਨੂੰ ਵੀ ਜਿਹੜੇ ਬੱਚਿਆਂ ਨੂੰ ਇਤਲਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਹੜਾ ਸਕੂਲ ਆ ਕੈਂਪਸ ਹੈਗਾ ਆ ਉਹਨਾਂ ਨੇ ਆਪਣੇ ਜਿਹੜੇ ਟਵਿੱਟਰ ਦੇ ਜ਼ਰੀਏ, ਈਮੇਲ ਦੇ ਜ਼ਰੀਏ ਸਾਰੇ ਬੱਚਿਆਂ ਨੂੰ ਹਦਾਇਤਾਂ ਦਿੱਤੀਆਂ ਵੀ ਜਿੱਥੇ ਜਿੱਥੇ ਵੀ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਉੱਥੇ ਉੱਥੇ ਜਿਹੜਾ ਆ ਉਹ ਤੁਸੀਂ ਪਹੁੰਚੋ। ਜਿਹੜੀ ਮਾਊਂਟ ਪਲੈਜ਼ੈਂਟ ਦੇ ਟਵਿੱਟਰ ਅਕਾਊਂਟ ਦੇ ਅਨੁਸਾਰ, ਜਿਹੜੇ ਅਧਿਕਾਰੀਆਂ ਦੇ ਅਨੁਸਾਰ, ਕਹਿੰਦੇ ਇੱਕ 19 ਸਾਲਾਂ ਦਾ ਜਿਹੜਾ ਆ ਅਫਰੀਕਨ ਅਮੈਰੀਕਨ ਮੂਲ ਦਾ ਬਲੈਕ ਮੇਲ ਆ ਜਿਹੜਾ 5'9" ਦਾ, ਕਹਿੰਦੇ ਯੈਲੋ ਮਸਟਰਡ ਜੀਨ ਉਹਨੇ ਪਾਈਆਂ ਸੀ, ਬਲੂ ਹੁੱਡੀ ਪਾਈ ਸੀ ਅਤੇ ਉਹ ਉਸਨੇ ਜਿਹੜੀ ਸ਼ਾਇਦ ਕਥਿਤ ਤੌਰ ਦੇ ਉੱਤੇ ਗੋਲੀਬਾਰੀ ਕੀਤੀ ਆ। ਉਸਨੂੰ ਅਜੇ ਵੀ ਹਥਿਆਰਬੰਦ ਦੱਸਿਆ ਜਾਂਦਾ ਆ ਅਤੇ ਇੱਕ ਕਹਿ ਲਓ ਵੀ ਉਸ ਤੋਂ ਖਤਰਾ ਜਿਹੜਾ ਉਹ ਬਣਿਆ ਹੋਇਆ ਆ। ਅਜੇ ਤੱਕ ਜਿਹੜੀ ਬਿਲਕੁਲ ਤਾਜ਼ਾ ਮਿਲੀ ਜਾਣਕਾਰੀ ਦੇ ਅਨੁਸਾਰ ਅਜੇ ਤੱਕ ਉਹ ਫੜਿਆ ਨਹੀਂ ਗਿਆ, ਪਰ ਅਫਸੋਸ ਵਾਲੀ ਗੱਲ ਆ ਦੋ ਜਣੇ ਜਿਹੜੇ ਆ ਮਾਰੇ ਗਏ ਆ। ਕੀ ਕਾਰਨ ਸੀ, ਇਸ ਦੇ ਪਿੱਛੇ ਕੀ ਹੋਇਆ, ਇਹ ਗਨ ਉਹਦੇ ਕੋਲ ਕਿੱਦਾਂ ਪਹੁੰਚੀ, ਕੀ ਉਹ ਕੋਈ ਕ੍ਰਿਮੀਨਲ ਸੀਗਾ, ਕੀ ਉੱਥੇ ਦਾ ਸਟੂਡੈਂਟ ਸੀਗਾ, ਅਜੇ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਆ ਉਹ ਪ੍ਰਾਪਤ ਨਹੀਂ ਹੋਈ। ਅਜੇ ਬਿਲਕੁਲ ਕਹਿ ਲਓ ਵੀ ਜਾਂਚ ਚੱਲ ਰਹੀ ਆ। ਜਦੋਂ ਇਨਫੈਕਟ ਇਹ ਅਲੈਜਡ ਗਨਮੈਨ ਆ ਉਹ ਫੜਿਆ ਜਾਊਗਾ, ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਜਾਂਚ ਹੋਊਗੀ ਉਸ ਦੇ ਵਿੱਚ ਇਹ ਗੱਲਾਂ ਜਿਹੜੀਆਂ ਕਲੀਅਰ ਆ ਉਹ ਹੋ ਸਕਣਗੀਆਂ। ਅਤੇ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ, ਇਸ ਦੇ ਵਿੱਚ ਦੱਸਦੇ ਜਾਈਏ ਵੀ ਜਿਹੜੇ ਕੱਲ੍ਹ ਰੂਸ ਦੇ ਰਾਸ਼ਟਰਪਤੀ, ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ, ਉਹਨਾਂ ਨੇ ਇੱਕ ਨਵਾਂ ਜਿਹੜਾ ਇੱਕ ਬਾਂਬੀ ਸਿੱਟ ਤਾਂ ਇੱਕ ਹਿਸਾਬ ਦੇ ਨਾਲ, ਜਦੋਂ ਉਸ ਨਿਊਕਲੀਅਰ ਮਿਜ਼ਾਈਲ ਬਾਰੇ ਦੱਸਿਆ ਵੀ ਇਹ ਮਿਜ਼ਾਈਲ ਇਸ ਤਰੀਕੇ ਦੀ ਆ ਵੀ ਇਸ ਨੂੰ ਜਿਹੜਾ ਆ ਉਹ ਰੋਕਿਆ ਹੀ ਨਹੀਂ ਜਾ ਸਕਦਾ ਜੇ ਅਸੀਂ ਛੱਡੀਏ। ਉਹਨਾਂ ਨੇ ਜਿਹੜੀ ਆਪਣੀ ਉੱਥੇ ਚੱਲ ਰਹੀ ਕਾਨਫਰੰਸ ਆ ਉਸ ਦੇ ਵਿੱਚ ਭਾਸ਼ਣ ਦੇ ਵਿੱਚ, ਸਪੀਚ ਦੇ ਵਿੱਚ ਦੱਸਿਆ ਸੀਗਾ ਵੀ ਸਾਡੇ ਇਸ ਹਥਿਆਰ ਜਿਹੜਾ ਹੈਗਾ ਆ ਮਿਜ਼ਾਈਲ ਹੈਗੀ ਆ ਇਸ ਦੇ ਵਿੱਚ ਇਹ ਸ਼ਮਤਾ ਹੈਗੀ ਆ ਵੀ ਜਿੱਥੇ ਜਿੱਥੇ ਵੀ ਰਡਾਰ ਨੇ ਉਹਦੇ ਇਰਦ ਗਿਰਦ ਉਹਦੇ ਸਾਈਡ ਥਾਣੀ ਜਿਹੜੀ ਲੰਘ ਕੇ ਆਪਣੇ ਟੀਚੇ ਤੱਕ ਜਿਹੜੀ ਉਹ ਪਹੁੰਚ ਸਕਦੀ ਆ ਅਤੇ ਉੱਥੇ ਬੰਬ ਜਿਹੜਾ ਆ ਨਿਊਕਲੀਅਰ ਬੰਬ ਆ ਉਹ ਚਲਾ ਸਕਦੀ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਅਮਰੀਕਾ ਦੇ ਵਿੱਚ ਵੀ ਹਾਹਾਕਾਰ ਇੱਕ ਹਿਸਾਬ ਦੇ ਨਾਲ ਮਚੀ ਸੀ ਅਤੇ ਜਿਹੜਾ ਸਟੇਟ ਡਿਪਾਰਟਮੈਂਟ ਆ ਉਹਨਾਂ ਦੇ ਇੱਕ ਸਪੋਕਸ ਪਰਸਨ ਆ ਉਹਨਾਂ ਨੂੰ ਆ ਕੇ ਇਹ ਜਿਹੜਾ ਬਿਆਨ ਦੇਣਾ ਪਿਆ, ਲੋਕਾਂ ਨੂੰ ਇੱਕ ਹਿਸਾਬ ਨਾਲ ਸ਼ਾਂਤ ਕਰਨ ਦੇ ਲਈ ਬਿਆਨ ਦੇਣਾ ਪਿਆ ਵੀ ਕੋਈ ਵੀ ਖਤਰਾ ਹੋਵੇ ਸਾਡੇ ਕੋਲ ਐਸੀ ਕੇਪੇਬਿਲਟੀ ਹੈਗੀ ਆ ਵੀ ਆਪਾਂ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਉਹ ਰੋਕ ਸਕਦੇ ਹਾਂ। ਉੱਧਰ ਜਿਹੜਾ ਕ੍ਰੈਮਲਿਨ ਦਾ ਜਿਹੜਾ ਪੁਤਿਨ
ਉਸਨੇ ਇਹ ਜਿਹੜਾ ਹੁਣ ਡਰਾਵਾ ਦਿੱਤਾ ਹੈ ਅਤੇ ਨਾਲ ਹੀ ਹੱਸ ਕੇ ਫਿਰ ਉਹ ਇਹ ਕਹਿੰਦਾ ਵੀ ਨਹੀਂ 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 ਇਹ ਕੋਈ ਨਿਊ ਕੋਲਡ ਵਾਰ ਨਹੀਂ ਅਸੀਂ ਸ਼ੁਰੂ ਕਰ ਰਹੇ, ਇਹ ਕੋਈ ਜਿਹੜੀ ਇੱਕ ਹਿਸਾਬ ਦੇ ਨਾਲ ਕੋਈ ਇਹ ਨਹੀਂ ਆ ਵੀ ਅਸੀਂ ਹੋਰ ਨਵੇਂ ਨਵੇਂ ਹਥਿਆਰ ਬਣਾ ਰਹੇ ਹਾਂ, ਪਰ ਇਹ ਤਾਂ ਬਸ ਇੱਕ ਐਕਟਿਵ ਜਿਹੜੀ ਨਾਲੇ ਮਿਜ਼ਾਈਲ ਆ, ਨਾਲੇ ਇਹ ਕਹੀ ਜਾਂਦਾ ਵੀ ਇੱਦਾਂ ਦੀ ਕੋਈ ਕੋਲਡ ਵਾਰ ਵਾਲੀ ਗੱਲ ਨਹੀਂ ਆ ਵੀ ਨਵੇਂ ਨਵੇਂ ਵੈਪਨ ਦੀ ਇਹ ਦੌੜ ਨਹੀਂ ਹੈਗੀ, ਪਰ ਨਾਲ ਕਹੀ ਜਾਂਦਾ ਵੀ ਇਹ ਸਾਡੇ ਕੋਲ ਸ਼ਮਤਾ ਜਿਹੜੀ ਪੂਰੀ ਹੈਗੀ, ਜੇ ਚਲਾਉਣਾ ਚਾਹੀਏ ਚਲਾ ਵੀ ਸਕਦੇ ਹਾਂ। ਆਈ ਥਿੰਕ ਉਹ ਵੀ ਉੱਥੇ ਦੇ ਆਪਣੇ ਵੋਟਰ ਬੇਸ ਨੂੰ ਜਿਹੜਾ ਕਿਤੇ ਨਾ ਕਿਤੇ ਆਪਣੇ ਹੱਕ ਦੇ ਵਿੱਚ ਕਰਨ ਲਈ ਇਹ ਸਾਰਾ ਕੁਛ ਕਰ ਰਿਹਾ ਆ, ਅਤੇ ਜਾਂ ਫਿਰ ਇਹ ਵਾਕਿਆ ਹੀ ਅਮਰੀਕਾ ਦੇ ਨਾਲ ਇੱਕ ਕਹਿ ਲਓ ਵੀ ਇੱਕ ਕੋਝੀ ਚਾਲ ਆ ਵੀ ਇਹ ਮੁੜ ਕੇ ਦੁਬਾਰਾ ਜਿਹੜਾ ਕੋਲਡ ਐਰਾ ਦੇ ਸਮੇਂ ਦੇ ਉੱਤੇ ਜਿੱਦਾਂ ਹੁੰਦਾ ਸੀ ਹਰ ਪਾਸੇ ਜਾਸੂਸਾਂ ਦੀ ਕਹਿੰਦੇ ਭਰਮਾਰ ਹੁੰਦੀ ਸੀਗੀ ਅਤੇ ਇੱਕ ਦੂਜੇ ਤੋਂ ਵੱਧ ਹਥਿਆਰ ਜ਼ਿਆਦਾ ਸ਼ਮਤਾ ਵਾਲੇ ਹਥਿਆਰ ਜਿਹੜੇ ਆ ਉਹ ਬਣਾਉਣ ਦੀਆਂ ਜਿਹੜੀਆਂ ਉਹਨਾਂ ਦੇ ਕੋਲ ਜਿਹੜੀ ਇੱਕ ਦੌੜ ਲੱਗੀ ਹੁੰਦੀ ਸੀ। ਜੇ ਇੱਦਾਂ ਹੁੰਦਾ ਆ ਤਾਂ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਇੱਥੇ ਇੱਕ ਸਿਚੁਏਸ਼ਨ ਬਣੀ ਹੋਈ ਹੈ, ਇੱਥੇ ਆਮ ਲੋਕਾਂ ਨੂੰ ਜਿਹੜੇ ਹਰ ਇੱਕ ਤਰੀਕੇ ਦੇ ਨਾਲ ਲਾਲੇ ਪਏ ਆ, ਅਤੇ ਉੱਧਰ ਬਾਅਦ ਦੇ ਵਿੱਚ ਜੇ ਬਾਕੀ ਦੇ ਜਿਹੜੇ ਟੈਕਸਪੇਅਰ ਮਨੀ ਵੀ ਫਿਰ ਜੇ ਸਿਰਫ ਅਤੇ ਸਿਰਫ ਡਿਫੈਂਸ ਵਾਲੇ ਪਾਸੇ ਜਾਊਗੀ ਤਾਂ ਇੱਥੇ ਬਣੂਗਾ ਕੀ। ਸੋ ਇਹ ਸਿਚੁਏਸ਼ਨ ਕਿਤੇ ਨਾ ਕਿਤੇ ਜਿਹੜੀ ਆ ਉਹ ਠੀਕ ਨਹੀਂ ਲੱਗ ਰਹੀ। ਉੱਦਾਂ ਰਸ਼ੀਆ ਕਹਿੰਦੇ ਆ ਵੀ ਅਸੀਂ ਇਹ ਆਰਮਸ ਰੇਸ ਦੇ ਵਿੱਚ ਨਹੀਂ ਆ, ਇਹ ਹਥਿਆਰਾਂ ਦੀ ਦੌੜ ਦੇ ਵਿੱਚ ਨਹੀਂ ਅਸੀਂ ਆਏ, ਪਰ ਫਿਰ ਵੀ ਜਿਹੜੀ ਸਾਡੀ ਇਹ ਜਿਹੜੀ ਨਿਊਕਲੀਅਰ ਮਿਜ਼ਾਈਲ ਆ ਹੈ ਬਹੁਤ ਤਗੜੀ, ਇਸ ਨੂੰ ਜਿਹੜਾ ਰੋਕਿਆ ਨਹੀਂ ਜਾ ਸਕਦਾ। ਲਗਾਤਾਰ ਜਿਹੜੇ ਇਹਨਾਂ ਦੇ ਵਲਾਦੀਮਿਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੀ ਨਜ਼ਦੀਕੀਆਂ ਨੂੰ ਲੈ ਕੇ, ਉਹਨਾਂ ਦੇ ਜਿਹੜੇ ਰਿਸ਼ਤਿਆਂ ਨੂੰ ਲੈ ਕੇ ਜਿਹੜੇ ਆ ਵਿਵਾਦ ਖੜ੍ਹੇ ਰਹਿੰਦੇ ਆ। ਕੋਈ ਜਣੇ ਇਹ ਜਿਹੜੇ ਦੋਸ਼ ਲਾਉਂਦੇ ਨੇ ਵੀ ਵਲਾਦੀਮਿਰ ਪੁਤਿਨ ਚਾਹੁੰਦੇ ਸੀਗੇ ਉਹਨਾਂ ਨੇ ਜਿਤਾਉਣ ਦੇ ਵਿੱਚ ਪੂਰਾ ਸਾਥ ਦਿੱਤਾ ਆ ਡੋਨਲਡ ਟਰੰਪ ਦਾ, ਅਤੇ ਉਹੀ ਰੌਲਾ ਰੱਟਾ ਜਿਹੜਾ ਇਸ ਟਾਈਮ ਪੂਰੇ ਅਮਰੀਕਾ ਦੇ ਵਿੱਚ ਚੱਲ ਰਿਹਾ। ਪਿਛਲੇ ਤਕਰੀਬਨ ਇੱਕ ਸਾਲ ਤੋਂ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਆ, ਮਿਊਲਰ ਜਿਹੜੇ ਸਪੈਸ਼ਲ ਕੌਂਸਲ ਲਾਏ ਗਏ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਰਸ਼ੀਆ ਨੇ ਕਿਸ ਤਰੀਕੇ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਚੋਣਾਂ ਦੇ ਜਿਹੜਾ ਉਲਟ ਫੇਰ ਕਰਨ ਦੇ ਲਈ ਜਾਂ ਆਪਣੇ ਹਿਸਾਬ ਦੇ ਨਾਲ ਨਤੀਜੇ ਲਿਆਉਣ ਦੇ ਲਈ ਉਹਨਾਂ ਨੇ ਦਖਲ ਅੰਦਾਜ਼ੀਆਂ ਜਿਹੜੀਆਂ ਉਹ ਕੀਤੀਆਂ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਆ, ਪਰ ਇਹ ਇੱਕ ਕਹਿ ਲਓ ਵੀ ਹੱਥ ਲਾ ਲਾ ਕੇ ਚੈੱਕ ਕਰਨ ਵਾਲੀ ਆ, ਭੋਗ ਕਰਨ ਵਾਲੀ ਗੱਲ ਆ ਵੀ ਅਮਰੀਕਾ ਵਾਲਿਓ ਹੁਣ ਤੁਹਾਡੇ ਕੋਲ ਕੀ ਆ, ਅਸੀਂ ਤਾਂ ਐਡਾ ਤਕੜਾ ਜਿਹੜਾ ਹਥਿਆਰ ਆ ਉਹ ਹੁਣ ਬਣਾ ਲਿਆ ਆ, ਅਤੇ ਨਾ ਚਾਹੁੰਦੇ ਹੋਏ ਵੀ ਇਹ ਇੱਕ ਆਰਮ ਰੇਸ ਵੱਲ ਨੂੰ ਕਹਾਣੀ ਜਿਹੜੀ ਆ ਉਹ ਜਾਂਦੀ ਨਜ਼ਰ ਆ ਰਹੀ ਆ। ਅਗਲੀ ਖਬਰ ਉਸ ਦੇ ਵੱਲ ਜਿਹੜੇ ਆਪਾਂ ਵਧੀਏ ਤਾਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਜਿਹੜੀ ਇਹ ਖਬਰ ਆ, ਪਿਛਲੇ ਕੁਛ ਦਿਨਾਂ ਦੇ ਵਿੱਚ ਜਿਹੜਾ ਆ ਆਈਸ ਵਾਲਿਆਂ ਨੇ ਕੈਲੀਫੋਰਨੀਆ ਦੇ ਵਿੱਚੋਂ 232 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਆ ਇਸ ਪੂਰੀ ਸਵੀਪ ਦੇ ਵਿੱਚ। ਸੰਡੇ ਤੋਂ ਲੈ ਕੇ ਅੱਜ ਤੱਕ ਦੀ ਜਿਹੜੀ ਇਹ ਖਬਰ ਆ ਵੈਡਨਸਡੇ ਤੱਕ, ਸੰਡੇ ਮੰਡੇ ਟਿਊਜ਼ਡੇ ਚਾਰ ਦਿਨਾਂ ਦੇ ਵਿੱਚ 232 ਜਾਣਿਆਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਆ। ਅਤੇ ਇਹੀ ਨਹੀਂ, ਜਿੱਦਾਂ ਆਪਾਂ ਪਿਛਲੇ ਕੁਛ ਦਿਨਾਂ ਤੋਂ ਦੱਸ ਰਹੇ ਹਾਂ ਜਿਹੜੀ ਲਿਬੀ ਸ਼ੁਆਬ ਆ ਓਕਲੈਂਡ ਦੀ ਮੇਅਰ ਆ, ਉਸ ਨੇ ਇੱਕ ਅਚਾਨਕ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਇਤਲਾਹ ਕਰ ਦਿੱਤੀ ਵੀ ਇੱਕ ਹਿਸਾਬ ਨਾਲ ਆਈਸ ਵਾਲੇ ਆ ਉਹ ਤੁਹਾਡੇ ਜਿਹੜੇ ਇੱਥੇ ਛਾਪੇ ਮਾਰਨ ਆ ਰਹੇ ਆ ਕੈਲੀਫੋਰਨੀਆ ਦੇ ਵਿੱਚ, ਜਿਸ ਕਰਕੇ ਤੁਹਾਨੂੰ ਜਿਹੜੀ ਇੱਥੇ ਕਿਸੇ ਨੂੰ ਵੀ ਜਿਹੜਾ ਚੱਕਿਆ ਜਾ ਸਕਦਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਹਿਊਮਨ ਜਿਹੜੇ ਹੈਗੇ ਨੇ ਡਿਪਟੀ ਡਾਇਰੈਕਟਰ ਆਈਸ ਦੇ, ਉਹਨਾਂ ਦੇ ਨਾਲ ਤਾਂ ਇਹਨਾਂ ਦੀ ਤੂੰ ਤੂੰ ਮੈਂ ਜਿਹੜੀ ਉਹ ਚੱਲ ਹੀ ਰਹੀ ਆ। ਹੁਣ ਇਹੀ ਨਹੀਂ, ਜਸਟਿਸ ਡਿਪਾਰਟਮੈਂਟ ਨੇ ਵੀ ਇਸ ਪੂਰੇ ਵਿਵਾਦ ਦੇ ਵਿੱਚ ਹੁਣ ਛਾਲ ਮਾਰੀ ਆ, ਅਤੇ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਉਸ ਨਜ਼ਰੀਏ ਦੇ ਨਾਲ ਦੇਖ ਰਹੇ ਆ ਵੀ ਇਹ ਕਿਤੇ ਜਿਹੜਾ ਕੰਮ ਕੀਤਾ ਜਾ ਰਿਹਾ ਆਈਸ ਦੁਆਰਾ ਉਸ ਦੇ ਵਿੱਚ ਅੜਿੱਕਾ ਤਾਂ ਨਹੀਂ ਇਹਨਾਂ ਨੇ ਡਾਹਿਆ ਸੀਗਾ, ਜੋ ਕਿ ਸ਼ਰੇਆਮ ਕਿਤੇ ਨਾ ਕਿਤੇ ਹੁਣ ਨਜ਼ਰ ਜਿਹੜਾ ਉਹ ਆ ਵੀ ਰਿਹਾ ਆ, ਅਤੇ ਜਸਟਿਸ ਡਿਪਾਰਟਮੈਂਟ ਦੀ ਸਕਰੂਟਨੀ ਦੇ ਉੱਤੇ ਜਿਹੜੇ ਉਹ ਆ ਚੁੱਕੇ ਨੇ। ਸੋ ਇਹੀ ਨਹੀਂ, ਜਿਹੜੇ ਓਕਲੈਂਡ ਦੇ ਮੇਅਰ ਆ ਇਹਨਾਂ ਨੇ ਇਹ ਕਦੀ ਫਿਰ ਦੁਬਾਰਾ ਜਦੋਂ ਗੱਲਬਾਤ ਕੀਤੀ ਜਾਂ ਪੱਤਰਕਾਰਾਂ ਨੇ ਜਦੋਂ ਇਹਨਾਂ ਨੂੰ ਸਵਾਲ ਕੀਤੇ ਤਾਂ ਉਹਨਾਂ ਨੇ ਇਸ ਗੱਲ ਨੂੰ ਦੁਬਾਰਾ ਆਖਿਆ ਵੀ ਜੇ ਮੇਰੇ ਕੋਲ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗੂਗਾ ਵੀ ਆਈਸ ਵਾਲੇ ਦੁਬਾਰਾ ਛਾਪਾ ਮਾਰਨ ਆ ਰਹੇ ਨੇ ਮੇਰੇ ਸ਼ਹਿਰ ਦੇ ਵਿੱਚ, ਤਾਂ ਮੈਂ ਦੁਬਾਰਾ ਜਿਹੜੀ ਆ ਪ੍ਰੈਸ ਕਾਨਫਰੰਸ ਕਰਨ ਤੋਂ ਇਤਲਾਹ ਜਿਹੜੀ ਉਹ ਜ਼ਰੂਰ ਕਰੂੰਗੀ, ਉਹ ਤੋਂ ਪਿੱਛੇ ਜਿਹੜੀ ਉਹ ਨਹੀਂ ਹਟੂੰਗੀ। ਅਤੇ ਹੁਣ ਡਿਪਾਰਟਮੈਂਟ ਆਫ ਜਸਟਿਸ ਇਸ ਨੂੰ ਜਿਹੜੀ ਓਬਸਟਰਕਸ਼ਨ ਆਫ ਜਸਟਿਸ
ਨੂੰ ਲੈ ਕੇ ਜਾਂ ਹੋਰ ਜਿਹੜੇ ਕਿਸੇ ਇਸ ਐਂਗਲ ਤੋਂ ਹੁਣ ਜਾਂਚ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਅਤੇ ਇਹਨਾਂ ਦਾ ਇਸ ਇਹ ਐਕਸ਼ਨ ਅੰਡਰ ਰਿਵਿਊ ਜਿਹੜਾ ਹੈਗਾ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਲੈ ਕੇ ਜਿਹੜੇ ਸੈਰਾ ਹਕਾਬੀ ਸੈਂਡਰਸ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਇੱਕ ਆਊਟਰੇਜੀਅਸ ਗੱਲ ਸੀ ਵੀ ਮੇਅਰ ਨੇ ਜਿਹੜਾ ਆ ਇਹ ਕੰਮ ਕੀਤਾ ਆ ਜਿਸ ਨੇ ਇਹ ਸਹੁੰ ਖਾਧੀ ਆ ਵੀ ਮੈਂ ਸੰਵਿਧਾਨ ਨੂੰ ਲਾਗੂ ਕਰੂੰਗੀ ਅਤੇ ਇਹ ਸੰਵਿਧਾਨ ਦੇ ਅਨੁਸਾਰ ਹੀ ਜਿਹੜਾ ਕੰਮ ਕੀਤਾ ਜਾ ਰਿਹਾ ਸੀਗਾ ਵੀ ਜਿਹੜੇ ਕ੍ਰਿਮੀਨਲਸ ਆ ਉਹਨਾਂ ਦੀ ਫੜੋ ਫੜਾਈ ਜਿਹੜੀ ਚੱਲ ਰਹੀ ਸੀ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਜਿਹੜੇ ਆ ਫੜਨ ਦੀਆਂ ਕੋਸ਼ਿਸ਼ਾਂ ਸੀਗੀਆਂ ਅਤੇ ਤੁਸੀਂ ਉਹਨਾਂ ਨੂੰ ਇਤਲਾਹ ਕਰਕੇ ਇੱਕ ਹਿਸਾਬ ਦੇ ਨਾਲ ਉਹਨਾਂ ਕ੍ਰਿਮੀਨਲਸ ਦਾ ਸਾਥ ਦਿੱਤਾ ਆ ਜੋ ਕਿ ਇੱਥੇ ਇੱਕ ਫੈਲਨੀ ਚਾਰਜ ਆ ਜੇ ਅਮਰੀਕਾ ਦੇ ਵਿੱਚ ਦੇਖਿਆ ਜਾਵੇ ਅਤੇ ਜੇ ਉਹ ਸਾਬਤ ਹੋ ਜਾਂਦਾ ਤੁਹਾਡੇ ਉੱਤੇ ਕਿਸੇ ਦੇ ਉੱਤੇ ਵੀ ਜੇ ਉਹ ਸਾਬਤ ਹੁੰਦਾ ਆ ਤਾਂ ਉਹ ਫੈਲਨੀ ਚਾਰਜ ਆ ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਇੱਕ ਪਾਸੇ ਤਾਂ ਪਹਿਲਾਂ ਕੈਲੀਫੋਰਨੀਆ ਤਾਂ ਸਿੰਘ ਡਾਉਂਦਾ ਹੀ ਡਾਉਂਦਾ ਆ ਜਿਹੜੇ ਫੈਡਰਲ ਸਰਕਾਰ ਦੀਆਂ ਜਿਹੜੀਆਂ ਪੋਲਿਸੀਜ਼ ਦੇ ਨਾਲ ਹੁਣ ਓਕਲੈਂਡ ਆਪਣੇ ਪੱਧਰ ਦੇ ਉੱਤੇ ਇਕੱਲਾ ਇਹੀ ਨਹੀਂ ਹੋਰ ਵੀ ਕਈ ਸ਼ਹਿਰ ਆ ਜਿਹੜੇ ਇਸ ਤਰੀਕੇ ਦੇ ਨਾਲ ਅੰਦਰ ਖਾਤੇ ਜਿਹੜਾ ਕੁਛ ਨਾ ਕੁਛ ਜਿਹੜਾ ਸ਼ਾਇਦ ਕਰ ਰਹੇ ਹੋਣ ਉਹਨਾਂ ਨੇ ਆਪਣੇ ਆਪ ਨੂੰ ਜਿਹੜੀ ਸੈਂਚੁਰੀ ਸਿਟੀ ਜਿਹੜਾ ਘੋਸ਼ਿਤ ਕੀਤਾ ਹੈ ਪਰ ਇਹ ਪਹਿਲੀ ਵਾਰੀ ਦੇਖਿਆ ਗਿਆ ਵੀ ਕਿਸੇ ਸ਼ਹਿਰ ਦੇ ਮੇਅਰ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਇਤਲਾਹ ਕਰ ਦਿੱਤੀ ਵੀ ਤੁਹਾਨੂੰ ਫੜਨ ਦੇ ਲਈ ਆਈਸ ਵਾਲੇ ਆ ਰਹੇ ਆ ਜੇ ਭੱਜਣਾ ਤਾਂ ਇੱਕ ਹਿਸਾਬ ਦੇ ਨਾਲ ਭੱਜ ਜਾਓ ਉਹਨਾਂ ਨੂੰ ਮੌਕਾ ਦੇ ਰਹੇ ਸੀਗੇ ਸੋ ਦੇਖਦੇ ਹਾਂ ਡਿਪਾਰਟਮੈਂਟ ਆਫ ਜਸਟਿਸ ਵਾਲੇ ਇਸ ਨੂੰ ਕਿਹੜੀ ਨਜ਼ਰ ਦੇ ਨਾਲ ਜਿਹੜਾ ਹੁਣ ਦੇਖਣਗੇ ਅਤੇ ਇਹ ਕਾਫੀ ਜਿਹੜੀ ਇੱਕ ਵੱਡੀ ਸਿਚੁਏਸ਼ਨ ਕਹਿ ਲਓ ਵੀ ਭੈੜੀ ਬਣਨ ਵਾਲੀ ਆ ਦੇਖਦੇ ਹਾਂ ਵੀ ਹੁਣ ਇਸ ਦੇ ਵਿੱਚ ਬਣੂਗਾ ਕੀ ਉੱਧਰ ਜੇ ਮੌਸਮ ਦੇ ਉੱਤੇ ਥੋੜ੍ਹੀ ਜਿਹੀ ਨਜ਼ਰ ਜਿਹੜੀ ਮਾਰਦੇ ਜਾਈਏ ਕਹਿੰਦੇ ਈਸਟ ਕੋਸਟ ਵਾਲੇ ਪਾਸੇ ਇਸ ਟਾਈਮ ਖਾਸਾ ਮੀਂਹ ਬਰਫ਼ਬਾਰੀ ਜਿਹੜੀ ਆ ਉਹ ਹੋ ਰਹੀ ਆ ਕਈ ਜਗ੍ਹਾ ਦੇ ਉੱਤੇ ਕੋਸਟਲ ਇਲਾਕਿਆਂ ਦੇ ਵਿੱਚ ਫਲੱਡਿੰਗ ਦੀਆਂ ਜਿਹੜੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਆ ਸੋ ਸਾਰੇ ਜਾਣੇ ਜਿਹੜੇ ਵੀ ਈਸਟ ਕੋਸਟ ਵਾਲੇ ਪਾਸੇ ਰਹਿ ਰਹੇ ਨੇ ਉਹਨਾਂ ਨੂੰ ਇਤਿਆਤ ਰੱਖਣ ਦੀ ਜਿਹੜੀ ਆ ਉਹ ਗੁਜ਼ਾਰਿਸ਼ ਕੀਤੀ ਗਈ ਆ ਕੱਲ੍ਹ ਆਪਣੇ ਕੈਲੀਫੋਰਨੀਆ ਦੇ ਵਿੱਚ ਵੀ ਖਾਸੀ ਜਿਹੜੀ ਆ ਮੀਂਹ ਪਿਆ ਆ ਬਾਰਿਸ਼ ਹੋਈ ਆ ਅਤੇ ਉਹਦੇ ਚੱਲਦਿਆਂ ਜਿਹੜਾ IAT ਆ ਟਾਹੋ ਦੇ ਇਰਦ ਗਿਰਦ ਉੱਥੇ ਇੰਨੀ ਕੁ ਜ਼ਿਆਦਾ ਸਿਚੁਏਸ਼ਨ ਬੈਡ ਸੀ ਵੀ ਕਈ ਘੰਟਿਆਂ ਤੱਕ ਬਿਲਕੁਲ ਵਾਈਟ ਆਊਟ ਹੋਣ ਕਰਕੇ IAT ਨੂੰ ਦੋਨੋਂ ਪਾਸਿਓਂ ਜਿਹੜਾ ਬੰਦ ਕਰਨਾ ਪਿਆ ਸੀਗਾ ਸੋ ਜਿਹੜੇ ਵੀ IAT ਅਤੇ ਉੱਧਰੋਂ ਲੰਘ ਰਹੇ ਨੇ ਜਾਂ ਜਿਨ੍ਹਾਂ ਨੇ ਲੰਘਣਾ ਆ ਸੋ ਮੇਕ ਸ਼ੋਰ ਕਰੋ ਵੀ ਜਿਹੜੀਆਂ ਰੋਡ ਕੰਡੀਸ਼ਨ ਤੁਹਾਡੇ ਜਿਹੜੇ ਹੱਕ ਦੇ ਵਿੱਚ ਹੋਣ ਵੀ ਤੁਸੀਂ ਉੱਥੋਂ ਜਿਹੜਾ ਆਰਾਮ ਦੇ ਨਾਲ ਟਰੈਵਲ ਕਰ ਸਕੋ ਅਤੇ ਤੁਹਾਨੂੰ ਕੋਈ ਕਿਸੇ ਤਰੀਕੇ ਦੀ ਜਿਹੜੀ ਦਿੱਕਤ ਆ ਉਹ ਨਾ ਆਵੇ ਅੱਜ ਦਾ ਦਿਨ ਅਤੇ ਕੱਲ੍ਹ ਦਾ ਦਿਨ ਦੋਨੋਂ ਹੀ ਦਿਨ ਕੈਲੀਫੋਰਨੀਆ ਦੇ ਵੀ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦੀ ਜਿਹੜੀ ਸੰਭਾਵਨਾ ਉਹ ਦੱਸੀ ਗਈ ਹੋਈ ਆ ਸੋ ਵੈਸੇ ਤਾਂ ਵੈਲਕਮ ਕਰਦੇ ਆ ਸਾਰੇ ਕੈਲੀਫੋਰਨੀਅਨ ਇਸ ਟਾਈਮ ਮੀਂਹ ਨੂੰ ਵੀ ਕਿਉਂਕਿ ਪਿਛਲੇ ਪੂਰੇ ਕਹਿ ਲਓ ਵੀ ਬਰਸਾਤਾਂ ਦੇ ਮੌਸਮ ਦੇ ਵਿੱਚ ਮੀਂਹ ਬਹੁਤੇ ਪਏ ਨਹੀਂ ਤਾਂ ਹੁਣ ਫਰਵਰੀ ਦੇ ਐਂਡ ਮਾਰਚ ਦੇ ਵਿੱਚ ਆ ਕੇ ਜਿਹੜੇ ਮੀਂਹ ਪੈਣੇ ਸ਼ੁਰੂ ਹੋਏ ਆ ਕੁਛ ਦਿਨ ਪਹਿਲਾਂ ਪਿਛਲੇ ਵੀਕ ਦੇ ਵਿੱਚ ਸੈਕਰਾਮੈਂਟੋ ਵਿੱਚ 2-2 ਇੰਚ ਤੱਕ ਹੇਲ ਪਈ ਗੜੇ ਪਏ ਐਨ ਜਿਸ ਨੂੰ ਵੀ ਕਹਿ ਦਿੰਦੇ ਆ ਉਹ ਪਈ ਅਤੇ ਜਦੋਂ ਤਸਵੀਰਾਂ ਆਈਆਂ ਸਾਰਿਆਂ ਨੂੰ ਲੱਗਾ ਵੀ ਕਿਤੇ ਸੈਕਰਾਮੈਂਟੋ ਦੇ ਵਿੱਚ ਜਿਹੜੀ ਬਰਫ਼ ਪੈ ਚੁੱਕੀ ਆ ਪਰ ਬਾਅਦ ਦੇ ਵਿੱਚ ਇਹੀ ਗੱਲਾਂ ਆਈਆਂ ਵੀ ਕਾਫ਼ੀ ਹੇਲ ਪਈ ਸੋ ਮੌਸਮ ਦੇ ਵਿੱਚ ਕਾਫ਼ੀ ਤਬਦੀਲੀ ਜਿਹੜੀ ਦੇਖੀ ਗਈ ਆ ਬੰਦਾ ਨਹੀਂ ਤਾਂ ਇਸ ਮੌਕਿਆਂ ਤੱਕ ਕਹਿੰਦਾ ਵੀ ਚਲੋ ਠੰਡਾ ਮੌਸਮ ਜਿਹੜਾ ਜਾ ਰਿਹਾ ਆ ਅਤੇ ਹੁਣ ਗਰਮੀ ਜਿਹੜੀ ਆਉਣੀ ਸ਼ੁਰੂ ਹੋ ਜਾਣੀ ਪਰ ਇੱਕ ਵਾਰੀ ਫਿਰ ਠੰਡ ਨੇ ਦੁਬਾਰਾ ਇੱਕ ਹਿਸਾਬ ਨਾਲ ਦਸਤਕ ਦੁਬਾਰਾ ਦੇ ਦਿੱਤੀ ਹੋਈ ਆ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤੀ ਦੇ ਵੱਲ ਆ ਸਮਾਂ ਜਿਹੜਾ ਸਮਾਪਤ ਹੋ ਰਿਹਾ ਆ ਅਤੇ ਆਪਾਂ ਜਿਹੜੇ ਜੀ ਤੁਹਾਨੂੰ ਮਿਲਦੇ ਹਾਂ ਅਗਲੀ ਵਾਰ ਅਤੇ ਜਿੱਦਾਂ ਜਾਣਦੇ ਹੋ ਸ਼ੁੱਕਰਵਾਰ ਤਾਂ ਦਿਨ ਅਤੇ ਸ਼ੁੱਕਰਵਾਰ ਨੂੰ ਮਿੰਟੂ ਗੁਰਸੇਵਾ ਜੀ ਆਪਣੇ ਨਾਲ ਥੋੜ੍ਹੇ ਲੰਮੇ ਸਮੇਂ ਦੇ ਲਈ ਅੱਧਾ ਘੰਟਾ ਵੱਧ ਜਿਹੜਾ ਆਪਣੇ ਨਾਲ ਜੁੜਦੇ ਨੇ ਅਤੇ ਜਿਸ ਦੇ ਵਿੱਚ ਤੁਹਾਡੇ ਵੀ ਜਿਹੜੇ ਉਹ ਸਵਾਲਾਂ ਦੇ ਜਿਹੜੇ ਜਵਾਬ ਦੇਣ ਦੀ ਉਸ ਦੇ ਵਿੱਚ ਕੋਸ਼ਿਸ਼ ਕਰਦੇ ਨੇ ਅਤੇ ਹੁਣ ਆਪਣੇ ਜਿਹੜੇ ਜੀ ਜਾਚ ਲੈਂਦੇ ਹਾਂ ਕੱਲ੍ਹ ਨੂੰ ਮਿਲਾਂਗੇ ਇੱਕ ਵਾਰੀ ਫਿਰ ਇਸੇ ਹੀ ਜਿਹੜੇ ਜੀ ਪ੍ਰੋਗਰਾਮ ਦੇ ਵਿੱਚ ਅਪਡੇਟ ਅਮੈਰੀਕਾ ਜਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ ਜਿਹਨੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA ਟਰੱਕ ਡਰਾਈਵਰਸ ਅਤੇ ਕੰਪਨੀਆਂ ਧਿਆਨ ਦੇਣ ਤੁਹਾਡੇ ਲਈ ਪੇਸ਼ ਕਰਦੇ ਹਾਂ ਭਰੋਸੇਮੰਦ ਅਤੇ ਸਭ ਤੋਂ ਉੱਨਤ ਇਲੈਕਟ੍ਰੋਨਿਕ ਲੌਗਬੁੱਕ ਸੋਲਿਊਸ਼ਨ ELD mandate.biz that's BIZ ਦੇ